ਦੇਖੋ, ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ, ਹਰ ਪੋਲੀਟੀਕਲ ਪਾਰਟੀ ਸਮੇਂ ਸਮੇਂ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ। ਸ਼੍ਰੋਮਣੀ ਅਕਾਲੀ ਦਲ 'ਚ ਵੀ ਠੇਕੇਦਾਰ ਸੁਰਜਣ ਸਿੰਘ ਵੀ ਲੱਗੇ, ਸੰਤ ਹਰਚੰਦ ਸਿੰਘ ਵੀ ਲੱਗੇ, ਇੱਕ ਵਾਰੀ ਜਥੇਦਾਰ ਮੋਹਨ ਸਿੰਘ ਤੁੜ ਵੀ ਲੱਗੇ। ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਗੀ, ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ 'ਤੇ ਹੀ ਅਖਤਿਆਰਾਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ, ਕਿਸੇ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ। ਤੇ ਉਸ ਤਹਿਤ ਤੇ ਮੈਂ ਤਾਂ ਕਹਿੰਦਾ ਕਿ ਇੰਨਾ ਜਿਵੇਂ ਗੁਰੂ ਨੇ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ, ਤੇ ਉਹਨਾਂ ਨੇ ਬੜਾ, ਗੁਰੂ ਨੇ ਆਪ ਹੀ ਸਮਾਧ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਾਤਾ। ਤੇ ਇਸ ਕਰਕੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗੀ। ਭੁਪਿੰਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ, ਸਭ ਤੋਂ ਸੀਨੀਅਰ ਲੀਡਰ ਨੇ, ਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਸਾਂਭੀ ਹੈ ਤੇ ਬੜੀ, ਮੈਨੂੰ ਲੱਗਦਾ ਕਿ ਵਧੀਆ ਨਿਭਾਉਣਗੇ। ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਜਿਹੜਾ ਤਨਖਾਹ ਐਲਾਨਿਆ ਉਹਨੂੰ ਉਹਦੇ ਬਾਰੇ ਸੱਚੀ ਦੇਖੋ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਹੈ, ਇੱਕ ਉਹਨਾਂ ਦਾ ਸਿਧਾਂਤ ਹੈ। ਉੱਥੇ ਜਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ, ਕੋਈ ਸ਼ਿਕਾਇਤ ਕਰਦਾ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪੜਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਥ ਹੈਗੇ ਆ, ਉਹਨੂੰ ਬੁਲਾਉਣਾ ਚਾਹੀਦਾ, ਨਹੀਂ ਬੁਲਾਉਣਾ ਚਾਹੀਦਾ। ਜਦ ਇਹ ਅਕਾਲੀ ਦਲ 'ਚੋਂ ਕੱਢੇ ਹੋਏ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਸ਼ਿਕਾਇਤ ਦਿੱਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਤੋਂ ਵੀ ਗਲਤੀਆਂ ਹੋਈਆਂ ਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਦੌਰਾਨ ਹੋਈਆਂ ਨੇ, ਤਾਂ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਨੇ ਉੱਥੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀ। ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਹਿਤ, ਇੱਕ ਵਧੀਆ ਸਿੱਖ ਹੋਣ ਦੇ ਨਾਤੇ, ਗੁਰੂ ਦੀ ਭੈ ਅਤੇ ਅਦਬ ਦਾ ਸਤਿਕਾਰ ਕਰਦਿਆਂ ਹੋਇਆਂ, ਸਾਰੀਆਂ ਭੁੱਲਾਂ ਜਿਹੜੀਆਂ ਆਪਣੀ ਝੋਲੀ 'ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀਗਾ। ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅੱਜ ਜਥੇਦਾਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਦਾ ਕਿਹਾ ਕਿ ਇਹਨਾਂ ਨੂੰ ਇਹਦੀ ਅਵੱਗਿਆ ਦਾ ਦੋਸ਼ੀ ਹੈ, ਤਾਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ। ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ। ਤਾਂ ਇਹ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇਹ ਹਿੱਸਾ ਹੈਗਾ। ਅਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਮੇਂ ਸਮੇਂ ਬੁਲਾ ਕੇ ਧਾਰਮਿਕ ਸਜਾਵਾਂ ਦਿੱਤੀਆਂ ਨੇ, ਭਾਵੇਂ ਉਹ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਹੋਣ ਜਾਂ ਹੋਰ ਦੂਸਰੇ ਪ੍ਰਧਾਨ ਹੋਣ, ਉਹਨਾਂ ਨੂੰ ਦਿੱਤੀਆਂ ਨੇ ਅਤੇ ਉਹ ਪੇਸ਼ ਹੋ ਕੇ ਆਪਣੀਆਂ ਸਜਾਵਾਂ ਸੇਵਾਵਾਂ ਲੈਂਦੇ ਵੀ ਰਹੇ ਨੇ। ਸਰ, ਬਾਗੀ ਧੜਾ ਕਿਤੇ ਨਾ ਕਿਤੇ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਸੀ, ਤਾਂ ਕੀ ਲੱਗਦਾ ਸਰ ਹੁਣ ਜਿਹੜਾ ਬਾਗੀ ਧੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਇੱਕ, ਭਾਵੇਂ 7 ਜ਼ੀਰੋਆਂ ਲਾ ਲਓ, 8 ਲਾ ਲਓ, ਜਿੰਨਾ ਚਿਰ ਗੱਡੀ ਦੇ ਅੱਗੇ ਇੰਜਣ ਨਹੀਂ ਗਿਆ ਅਤੇ ਡੱਬੇ ਇੱਕ ਜੰਕ ਹੁੰਦੇ ਆ, ਉਹ ਜੰਕ ਨੇ, ਬਾਗੀਆਂ ਦੇ ਪੱਲੇ ਬਿਲਕੁਲ ਕੁਛ ਨਹੀਂ ਗਿਆ। ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਭਾਵਰਾ ਉਹ ਤੁਸੀਂ ਕਹਿੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਲੋਕ ਔਖੇ ਨੇ, ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਆ 4 ਜ਼ਿਮਨੀ ਚੋਣਾਂ ਆਉਣੀਆਂ, ਲੜ ਲਓ, ਲੱਖ ਜੂ ਪਤਾ ਕਿੰਨੇ ਪਾਣੀ 'ਚੋਂ, ਜੇ ਮੂੰਹ ਤੋਂ ਮੱਕੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ। ਉਹਨਾਂ ਨੂੰ ਕੌਣ ਜਾਣਦਾ, ਕ੍ਰੈਡੀਬਿਲਟੀ ਹੋਈ ਹੈ ਨਹੀਂ ਗੀ। ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ, ਜਿੰਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ, ਮੈਂ ਸਮਝਦਾ ਕਿ ਆਹ ਹੁਣ ਜਿਹੜਾ ਅੱਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਉਸ ਵੇਲੇ ਮੰਤਰੀ ਸੀ, ਉਹਨੂੰ ਵੀ ਵਿੱਚ ਸਾਬਤ ਹੋ ਗਿਆ, ਸੁਰਜੀਤ ਸਿੰਘ ਰੱਖੜਾ ਵੀ ਉਹਨਾਂ 'ਚ ਆ ਗਿਆ,
ਸਰਦਾਰ ਸਿਕੰਦਰ ਸਿੰਘ ਮਲੂਕਾ ਵੀ ਉਹਨਾਂ 'ਚ ਆ ਗਿਆ, ਅਤੇ ਫਿਰ ਇਕੱਲਾ ਦੋਸ਼ੀ ਸੁਖਬੀਰ ਸਿੰਘ ਨੂੰ ਢਾਹ ਕੇ ਉਹ ਕਹਿ ਦੇਣਗੇ ਤੁਸੀਂ ਸਾਫ ਪਾਕ ਸਾਫ ਹੋ ਗਏ। ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਅਤੇ ਸਿੱਖੀ 'ਚ ਯਕੀਨ ਰੱਖਦੇ ਨੇ, ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ, ਉਹਨਾਂ ਦੇ ਵੀ ਕਰਨੇ ਪੈਣਗੇ। ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਗੀ ਧੜੇ ਵਾਲੇ ਤਾਂ ਰਾਮ ਰਹੀਮ ਤੋਂ ਵੋਟਾਂ ਲੈਂਦੇ ਰਹੇ ਨੇ। 2017 ਜਦ ਬੇਦਵੀ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਅਤੇ ਉਹਨਾਂ ਦਾ ਬੇਟਾ 22 ਨੰਬਰ ਫਾਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿਕਲੇਅਰ ਕਰਨ ਲਈ, ਉੱਥੇ ਸਟੇਜ 'ਤੇ ਨਾਲ ਨਹੀਂ ਸੀ, ਬੱਲੂ ਸਟੇਜ ਚਲਾਉਂਦਾ ਸੀਗਾ। ਕਹਿਣ ਚੰਦੂ ਮਾਜਰਾ ਸਾਹਿਬ ਕਿ ਨਹੀਂ ਗਏ, ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ? ਹੁਣ ਉਹ ਕੱਲ੍ਹ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਬੀਰ ਜੀ ਨੇ ਭੇਜਿਆ ਸੀ, ਬੜਾ ਆਗਿਆਕਾਰ ਸੀ ਯਾਰ ਤੂੰ ਸੁਖਬੀਰ ਜੀ ਦਾ, ਜੇ ਇੰਨਾ ਆਗਿਆਕਾਰ ਸੀ ਹੁਣ ਕਿਉਂ ਭੱਜਿਆ ਫਿਰ ਸੁਖਬੀਰ ਜੀ ਤੋਂ? ਅਪਰਚੁਨਿਸਟ ਉਹ ਕਹਿੰਦੇ ਆ। ਫਿਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ, ਕਹਿੰਦੇ ਚੰਦੂ ਮਾਜਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਹੈ, ਮੈਂ NSA 2 ਵਾਰੀ ਕੈਦ ਕੱਟੀ ਹੈ। ਉਹ ਯਾਰ ਤੂੰ ਸਾਲ ਨਹੀਂ 2 ਸਾਲ ਕੱਟੀ ਹੋਣੀ, ਤੂੰ 2 ਸਾਲ ਬਾਅਦ 2 ਭਾਲਦਾ ਹੈ, ਅਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ, ਅਤੇ ਜੇ ਉਹਨਾਂ ਦੇ ਬੇਟਾ ਅਤੇ ਨੂੰਹ ਬਣ ਗਏ ਤਾਂ ਉਹਨਾਂ ਦਾ ਕੀ ਗੁਨਾਹ ਹੋ ਗਿਆ? ਦੱਸ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਸੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ, ਉਹਨਾਂ ਦੇ ਪੱਲੇ ਕੱਖ ਨਹੀਂ ਹੈ। ਬਾਗੀ ਵਾਲੀ ਤਾਂ ਗੱਲ ਹੀ ਨਾ ਕਰਿਆ ਕਰੋ, ਉਹ ਤਾਂ ਵਿਹਲੇ ਨੇ। ਬੀਬੀ ਜਗੀਰ ਕੌਰ ਨੇ ਵੀ ਸਵਾਲ ਚੁੱਕੇ ਨੇ ਜੀ, ਉਹ ਕਹਿੰਦੇ ਕਿ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿੰਦਾ ਮੈਂ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ, ਤੁਸੀਂ ਲੀਡਰ ਵੀ ਹੋ, ਤੁਸੀਂ ਲੀਡਰ ਵੀ ਹੋ, ਤੁਸੀਂ ਡੇਰੇ ਦੇ ਮਾਲਕ ਵੀ ਹੋ, ਤੁਸੀਂ ਪਲਾਥੀ ਸੀਟ ਜਿੱਤ ਕੇ ਦਿਖਾ ਦਿਓ, ਜੇ ਜਮਾਨਤ ਨਾ ਜ਼ਬਤ ਹੋ ਜੇ ਕਹਿ ਦੇਣਾ। ਹੁਣ ਤਾਂ ਸੁਖਬੀਰ ਤੋਂ ਲੈਦਾ ਲੜ ਲਓ ਹੁਣ ਚੋਣ, ਤੁਹਾਡੇ ਪੱਲੇ ਕੀ ਹੈ? ਅਕਾਲੀ ਦਲ ਦੀ ਗੱਡੀ 'ਤੇ ਚੜ੍ਹ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ, ਉਹ ਨਹੀਂ ਹੋਣਾ ਤੁਹਾਡੇ ਅੱਗੇ।